ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅੱਲਾਹ ਦੇ ਕਰਮ ਨਾਲ ਅਤੇ ਅੱਲਾਹ ਦੇ ਸ਼ੁਕਰ ਨਾਲ ਅਤੇ ਅੱਲਾਹ ਦੀ ਰਹਿਮਤ ਨਾਲ ਅੱਜ ਦਾ ਵਲਾਗ ਕਰਨੇ ਪਏ ਸ਼ੁਰੂ। ਦੋਸਤੋ ਬਰਾਂਗੇ ਸਾਰਿਆਂ ਨੂੰ ਠੀਕ ਆ, ਅਸਲਾਮੁ ਅਲੈਕੁਮ। ਮੈਂ ਤੁਹਾਡਾ ਦੋਸਤ ਮੁਹੰਮਦ ਨਦੀਮ, ਤੁਹਾਡੇ ਪੇ ਯੂਟਿਊਬ ਚੈਨਲ ਮਿਰਾਨੀ ਵਲੋਗ। ਅੱਜ ਦੀ ਜਿਹੜੀ ਵੀਡੀਓ ਹੈ ਬਹੁਤ ਹੀ ਸੈਡ ਵੀਡੀਓ ਹੈ ਅਤੇ ਬਹੁਤ ਹੀ ਦੁੱਖ ਵਾਲੀ ਵੀਡੀਓ ਹੈ, ਕਿਉਂਕਿ ਸਾਰੇ ਜਿਹੜਾ ਕੱਚੜਾ ਇਲਾਕਾ ਹੈ ਉੱਥੋਂ ਦੁਬਾਰਾ ਸਲਾਬ ਆ ਚੁੱਕੇ ਅਤੇ ਨਹੀਂ ਵਹਿੰਦੇ ਪੈਸੇ, ਬਦਲ ਵੀ ਬੜਾ ਹੈ ਅਤੇ ਬਦਲ ਵੀ ਬਹੁਤ ਜ਼ਿਆਦਾ ਦੇਖੋ ਜਿੱਦਾਂ ਵੀ ਅਸੀਂ ਬੜਾ ਖੜੇ, ਲੇਕਿਨ ਅਸਾਂ ਵਿਆਹ ਵਾਸਤੇ ਮੈਨੇ ਦੇਖਦੇ ਹਾਂ ਕਿ ਕਿਤਨਾ ਇੱਕ ਉੱਥਾਂ ਨੁਕਸਾਨ ਦੁਬਾਰਾ ਥੀਂਦਾ ਪਿਆ, ਕਿਆ ਮਸਲੇ ਕਿਆ ਹੈ ਪਿਆ, ਕਿਤਨਾ ਇੱਕ ਪਾਣੀ ਆ ਚੁੱਕੇ। ਦੇਖਦੇ ਹਾਂ ਦੋਸਤਾਂ ਨਾਲ ਸ਼ੇਅਰ ਕਰਨੀ ਹੈ ਅਤੇ ਵਹਿੰਦੀਆਂ ਦੇਖਣੀ ਹੈ, ਨਹੀਂ ਜੁਲਦੇ ਪਏ ਹੈ ਦੋਸਤਾਂ ਨੂੰ ਦਿਖੇਨੀ ਹੈ ਕਿ ਯਾਰ ਦੁਬਾਰਾ ਜਿਹੜੀ ਨਾ ਬਹੁਤ ਦੁੱਖ ਹੈ, ਬਹੁਤ ਤਕਲੀਫ ਥੀਂਦੀ ਪਈ ਹੈ, ਕਿਉਂਕਿ ਇੱਕ ਤਾਂ ਹੁਣੇ ਪ੍ਰੋਸੈਸ ਦੇ ਆਈ ਸਲਾਬ ਖਤਮ ਜੇ ਕਿ ਦੁਬਾਰਾ ਆ ਗਏ ਅਤੇ ਡੁੱਲਦਿਆਂ ਲਿਖਿਆ ਨੇ। ਅਤੇ ਮੈਂ ਦੋਸਤਾਂ ਕੋਲ ਅਪੀਲ ਹੈ ਕਿ ਅਗਰ ਜਿਨ੍ਹਾਂ ਦੋਸਤਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰਾ ਚੈਨਲ ਸਬਸਕ੍ਰਾਈਬ ਕਰ ਗਿਨਨ, ਤਾਂ ਕਿ ਆਉਣ ਵਾਲਾ ਮੇਰਾ ਵੀਡੀਓ ਲੋਕਾਂ ਕੋ ਦੋਸਤਾਂ ਕੋ ਮਿਲ ਸਕਣ। ਚੁੱਲਦਿਆਂ ਨਹੀਂ ਤੋ ਦੋਸਤੋ ਬਰਾਵੇ ਹੁਣ ਜੁਲਦੇ ਪਏ, ਤਾਂ ਕੋ ਲਿਖਿਆ ਨੇ ਵੀ ਉੱਥੋਂ ਦੇ ਹਾਲਾਤ ਅਤੇ ਉਹਨਾਂ ਦੇ ਬਾਰੇ ਦੱਸਿਆ ਨੇ ਕਿ ਸਲਾਬ ਕਿਤਨਾ ਇੱਕ ਆ ਚੁੱਕੇ, ਕਿ ਕਿਤਨਾ ਇੱਕ ਲੋਕਾਂ ਕੋ ਨੁਕਸਾਨ ਗਏ ਰਹੇ। ਅਤੇ ਜੁਲਦਿਆਂ ਹੁਣ ਇਨਸ਼ਾਅੱਲਾ ਤਾਲਾ ਦੋਸਤਾਂ ਨੇ ਇਕੱਠੇ ਬਹਿਣੇ ਪਏ ਅਤੇ ਤੁਹਾਡੇ ਨਾਲ ਵੀ ਕਹਿੰਦੇ ਹਾਂ, ਹੁਣ ਜੁਲਦੇ ਪਏ ਮੋਟਰਸਾਈਕਲ 'ਤੇ ਰਸਤੇ ਮੋਟਰਸਾਈਕਲ ਕੋ ਵੀ ਚੈੱਕ ਕਰ ਲੈਣੇ ਹੈ, ਕਿਉਂਕਿ ਇਹਦਾ ਥੋੜ੍ਹਾ ਜਿਹਾ ਕਲਾਚ ਕਲੋਚ ਜਾਂਦਾ ਨਾ, ਕੰਮ ਨਹੀਂ ਕਰਨਾ ਪਿਆ। ਦੋਸਤੋ ਬਰਾਬਰ ਅੱਜ ਕਰੀਬ ਅਸਾਂ ਮੋਟਰਸਾਈਕਲ ਬਾਈ ਕੋਲ ਪਹੁੰਚ ਗਿਆ ਰਮਜ਼ਾਨ ਬਾਈ ਕੋਲੋਂ, ਅਤੇ ਮੋਟਰਸਾਈਕਲ ਦਾ ਕੰਮ ਚੈੱਕ ਕਰਵਾਉਣਾ ਪਿਆ, ਕਿਉਂਕਿ ਇਹਦਾ ਮਸਲਾ ਆਏ ਥੋੜ੍ਹਾ ਬਹੁਤ ਉਹ ਠੀਕ ਕਰਵਾਉਂਦੇ ਹਾਂ, ਤਾਂ ਉਸ ਤੋਂ ਬਾਅਦ ਬਲਾ ਕਰਵਾ ਕੇ ਅਤੇ ਵਾਪਸ ਚੁੱਲਦੇ ਹਾਂ ਗਾਂ। ਬਸ ਰਮਜ਼ਾਨ ਬਾਈ ਕੋਲ ਆਇਆ ਖੜੇ ਹੈ, ਇਹਦੇ ਰਮਜ਼ਾਨ ਬਾਈ ਹੁਣ ਚੈੱਕ ਕਰਨੇ ਖੜੇ ਮੋਟਰਸਾਈਕਲ ਦਾ ਵੀ, ਅਤੇ ਦੇਖਦੇ ਹਾਂ ਕਿਆ ਮਸਲਾ ਹੈ ਕਿਆ ਨਹੀਂ। ਦੋਸਤੋ ਬਰਾਬਰ ਸਾਰਾ ਜਿਹੜਾ ਕਲੱਚ ਵਾਲਾ ਸਿਸਟਮ ਆ ਨਾ ਇਹ ਵਾਲਾ ਇਹ ਖਰਾਬ ਥਿਆ ਪਤਾ, ਇਹਨੇ ਤਾਂ ਕੋਈ ਪਾਣੀ ਸਾਣੀ ਕੱਢਦਾ ਵੜੇ ਅਤੇ ਸਾਰੇ ਛੋਟੇ ਬਰਾਇਕ ਕੱਢ ਕੇ ਤਾਂ ਸਾਫ਼ ਕਰਨੇ ਪੈਣ, ਅਤੇ ਉਹਨਾਂ ਨੂੰ ਸਾਫ਼ ਕਰਕੇ ਮੋਬਲੈਲ ਸਵੈਲ ਜਾਂ ਗਰੀਸ ਵਗੈਰਾ ਲਾ ਕੇ ਉਹਨਾਂ ਨੂੰ ਸਵਿਟ ਦੇ ਦਿੰਦੇ, ਅਤੇ ਅਲਹਮਦੁਲਿਲਾ ਵਾਲਾ ਇਹ ਠੀਕ ਸੀ ਵੈਸੀ। ਦੇਖਦੇ ਹਾਂ ਹੁਣ ਬਾਈ ਹੁਣ ਲੱਗੇ ਤਾਂ ਬੈਠਣ ਛੋਟੇ ਬਾਈ, ਅਤੇ ਸਾਫ਼ ਲੱਗੇ ਪੈਣ। ਦੇਖੋ ਮੋਟਰਸਾਈਕਲ ਸਾਰੇ ਦਾ ਕੱਲ੍ਹ 12 ਦੀ ਵਜ੍ਹਾ ਤੋਂ ਵੀ ਪਾਣੀ ਵੜ ਗਿਆ, ਅਤੇ ਉਹਦੀ ਵਜ੍ਹਾ ਨਾਲ ਥੋੜ੍ਹਾ ਮਸਲਾ ਹੋ ਕੇ ਨਹੀਂ ਪਈ, ਅਸਾਂ ਹੁਣ ਬਾਈ ਹੁਣ ਚੈੱਕ ਕਰਾਉਂ ਕਿਆ ਕਿਆ ਮਸਲਾ ਹੈ। ਤੋ ਬਰਾਬਰ ਦੇਖੋ ਬਾਈ ਹੁਣ ਆ ਕੇ ਦੁਆਰਾ ਜਿਹੜਾ ਇਹ ਹੋਲਡਰ ਹੈ ਨਾ ਇਹ ਫਾਰਕ ਸੀ ਚੁੱਕੇ ਹੋਏ, ਅਤੇ ਅਸਾਂ ਹੁਣ ਬਾਈ ਨੂੰ ਮੈਂ ਆ ਕੇ ਨਵਾਂ ਲਾ ਦਿਉ। ਹੁਣ ਬਾਈ ਹੁਣ ਸ਼ਗੀਰ ਸਾਹਿਬ ਸਾਡੇ ਉਸਤਾਦ ਸਾਹਿਬ ਹਨ ਰਮਜ਼ਾਨ ਬਾਈ ਹੋਣੀ, ਅਤੇ ਇਹਨਾਂ ਨੇ ਆ ਕੇ ਨਵਾਂ ਲਵਾਓ, ਹੁਣ ਨਵਾਂ ਲੱਗੇ ਵਧਣ ਇਹਨਾਂ ਦੇ ਸ਼ਗੀਰ ਸਾਹਿਬ ਗਿੰਨਣ, ਅਤੇ ਆਨੰਦ ਉਹਨਾਂ ਲਵਾ ਕੇ ਵੱਧ ਜੁਲਦੇ ਹੈ। ਅਤੇ ਦੇਖੋ ਨੁਕਸਾਨ ਤਾਂ ਅੱਜ ਬਹੁਤ ਸਾਰਾ ਥੀ ਚੁੱਕਿਆ ਸਾਡਾ, ਕਿਉਂ ਗਰੀਬ ਬੰਦੇ ਆ ਸੇ ਅਤੇ ਚੰਗੀ ਬਲੀ ਜੇ ਖਾਲਿਦ ਨਹੀਂ ਪਿਆ ਦੀ। ਅਸਾਂ ਪਹਿਲੀ ਭਜਨ ਤਾਂ ਪੁੱਛਿਆ ਕਿ ਮੋਟਰਸਾਈਕਲ ਬਣਵਾਈ ਸੀ, ਮੋਟਰਸਾਈਕਲ ਬਣਵਾ ਕੇ ਅਸਾਂ ਆਖਿਆ ਤਾਂ ਉਧਰ ਸੀ ਅੰਦਰ ਸੂ, ਪਹਿਲੇ ਅਸਾਂ ਪਹੁੰਚ ਗਏ ਉੱਥਾਂ, ਅਤੇ ਦੇਖੋ ਪਾਣੀ ਦੀ ਕੰਡੀਸ਼ਨ ਤਾਂ ਲਿਖਣਾ ਪਿਆ ਮੈਂ, ਇਹ ਪਾਣੀ ਹੋਵੇ ਸਾਰਾ, ਇਹ ਸਾਰਾ ਪਾਣੀ ਹੋਵੇ ਪਿੱਛੋਂ ਮਕਾਨਾਂ ਦੇ, ਸਾਰਾ ਪਾਣੀ ਹੋਵੇ ਅਸੀਂ ਡਿੱਗ ਨੂੰ। ਦੇਖੋ ਇਹਦੇ ਬਰਾਵੋ ਕਿ ਸਾਰਾ ਜਿਹੜਾ ਆਖਾ ਤਾਂ ਸੁਬਹ ਕਿ ਕੱਚੇ ਦੁਬਾਰਾ ਸਲਾਬ ਆ ਚੁੱਕੇ, ਇਹ ਦੇ ਪਿਓ ਸਾਂ ਬਾਈ ਹੋਣੀ ਗੁਜ਼ਰਦੇ ਪੈਣ, ਉਹ ਛੋਟਾ ਬੱਚਾ ਬੈਗ ਚਾਕ ਬਿਨਾ ਪਿਓ ਬਾਈ ਹੋਣੀ ਪਏ ਆਉਂਦੇ ਪਏ ਉਹਨੂੰ, ਇੱਕ ਪਾਣੀ ਹੀ ਬਹੁਤ ਹੀ ਜ਼ਿਆਦਾ ਥੀ ਚੁੱਕੇ ਤਾਂ ਨਾ, ਇਹ ਸਾਰਾ ਤੱਕ ਵਿਊ ਦਿਖਾਉਣਾ ਪਿਆ ਮੈਂ। ਇਹ ਦੇਖੋ ਇਹ ਮਕਾਨ ਨਜ਼ਰ ਆਉਂਦੇ ਬੰਦਾ ਕੋ, ਇਹ ਸਹੀ ਦੇਖੋ ਲੋਕ ਸਾਰੇ ਗੁਜ਼ਰਦੇ ਪੈਣ ਬਾਈ ਹੋਣੀ, ਉਹ ਸਾਹਮਣੇ ਇੱਕ ਆਉਂਦੇ ਪੈਣ ਬਾਈ ਹੋਣੀ ਅਤੇ ਸਹੀ ਆਨੰਦ
लेकिन पानी की कंडीशन तुसा देख इनो कि पानी बहुत ही ज़्यादा है। ये हाल शुरुआत है कि सुन रहे पिछू भी एक चार पाँच लक की ज़्यादा पे पानी अल्लाह तला माफ़ करे क्योंकि हमने ख़त्म थे जी एक गन्ना की फसल ए गन्ने की फसल गन्ना की फसल तो नुकसान नहीं है गन्ने गाचे बड़े तो बहुत नुकसान है लेकिन फिलहाल नुकसान नहीं गन्ने को कई फसलों को बहुत ज़्यादा नुकसान है घर को लोग बेचारे गुजर सारे दोस्त गुदे पैन भाई होने याद पता नहीं कि स्पीड जी ना पानी की बहुत ही ज़्यादा है लेकिन भाई होने बड़ी बार कोशिश के बावजूद ही अपनी मंजिल मकसूद तो बहने पैन लेकिन भाई होने आरा चाक बहने पे डे गिनो सामने बहने पैन यह देखो भैया भाई सारे असं पैप चाक बहना पर मैं पूछे कि किलो सा पानी कसो छोटी जी पैप पानी तो नहीं चलता सुगली तौर पर ना के देखो सारे बे भाई दे गट्टू जा गया माल वास्ते चौकर ए देख लो भाई हम बहुत ही बड़ी मुश्किल है था ते लोग बड़े तंग थी ने पन अल्लाह पाक अपना रहम करे कोई घाट ही आने कोई चौकर ही आने कोई कोई किमें अपने काम ही मसरूफ है पर पानी बहुत ज़्यादा है क्योंकि सब स्पीड बहुत ही ज़्यादा स्पीड है पानी की अल्लाह तला बड़ा करम करे सी अल्लाह पाक हिफाजत रखसी सारा घर को सारे लोगों को सारी दुआ है देखो सामने एक रक्षा वाला भाई जाना कटते पे लेकिन है बड़ा मुश्किल क्योंकि आता पे स्पीड बहुत ही ज़्यादा है पानी की बहुत ही ज़्यादा स्पीड है देखो रेह दिया किमें कट गया तो भैया भाई होने देखो ये रक्षा कर दिया पानी देखो कितना ही पानी है कि रक्षा से पूरा ही मोटरसाइकिल ही डूबी बजी है ए भाई होने गाह चाहिए ना ये सामने देख लो ए सारे भाई जाने नहीं आने कोई निकले देख कंडीशन देखो पानी दी पानी कितना है पूरा रक्षा सही रस्ता आवे सड़क आवे ये सड़क है सही देख नॉर्मल सड़क ये सड़क है सड़क तो थोड़ी पुल पुल दी वजह तो चिक्की जगह है देखो इतना ही पानी गुजरता पे लेकिन स्पीड बहुत है पानी दी बहुत ही ज़्यादा स्पीड है बहुत ही ज़्यादा स्पीड है देखो दोस्तों बिराओ मेरे सजनो देखो पानी ने क्या तबाही की है सारा मेरे पिछु पानी वे ये सारा पानी है देखो कि पानी ने अल्लाह तला अपनी हिफाजत रखे कि लोगों को दोबारा दूसरी दफा सलाब आ गए अल्लाह पाक सारे को अपनी हिफाजत रखे ते अपने सारे लोग जितने भी इतने लोग रहने सारे को अपनी हिफाजत रखे नदी माल डर समान घर मकान अल्लाह पाक अपनी हिफाजत ए तो आया से दोस्त सारे ये बैठे सही ये सारे दरिया है सिंध नज़ारा है और सामने पुल बदी गए न्यू पुल है लेकिन चल ही नहीं चल वैसे हम करीब तो अल्लाह पाक सारे को अपनी हिफाजत रखे लेकिन पानी ने बहुत ही ज़्यादा तबाही की है क्योंकि ये कल रात ही रात अंदर आया है एक रात अंदर अंदर आया है क्योंकि पहले बिल्कुल ख़त्म थी चुका वे पानी किसी का नहीं था ये एक रात अंदर अंदर आए वे कल रात अंदर अंदर आए पानी की स्पीड इंतहाई भी ज़्यादा है इंतहाई भी बहुत ही ज़्यादा स्पीड है कि अल्लाह पाक अपनी लोगों को अपनी हिफाजत रखे तो उन्होंने माल देखा सारे टालिए वे टालिए मिट्टी का स्टैंडिए सड़क को मजबूत बनाया पान शोर आना पे जगह मैं मदद खाएँ शोर दे दूँ अल्लाह पाक सारे को अपनी हिफाजत रखे अपने मान ही रखे अमान ही रखे कि उम्मीद है कि अल्लाह ताला सारे को मिलते हैं इंशाल्लाह कल न्यू वीडियो नाल ते मेरी गुजारिश है अपने दोस्तों को ग्रामा को अगर मेरे वीडियो पसंद आया तो मेरे चैनल को सब्सक्राइब करो चाह ताकि आने वाले न्यू वीडियो तक मिल सके इंशाल्लाह मिलूं कल एक नई वीडियो नाल अल्लाह हाफिज़।